Congress to seek discussion in Parliament on border situation. Sonia Gandhi says CPP meet. उन्होंने कहा जी पार्लियामेंट से डिस्कशन करो बॉर्डर सिचुएशन के उत्ते। ईवन सुब्रमण्यम स्वामी ने जो ये पूछा कि जी दसो कितना इलाका चीन ने साडा लिया है तो वो जरा उन्होंने क्योंकि अपर हाउस का मैंबर है राज्यसभा का उन्होंने जवाब दिता नहीं 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 ये नैशनल सिक्योरिटी संबंधित है ये सवाल नहीं पूछा जा सकता। चाइनाज एग्रेसिव इंटेंट विजिबल इन रैपिड एनहांसमेंट ऑफ ऑपरेशनल इंफ्रास्ट्रक्चर इंडियन एयरफोर्स चीफ सेज चाइनाज हेजेमोनिक and sometimes entrapping politics policies can provide opportunities for India to leverage areas of both trade and defense in the Indo-Pacific region. Air Chief Marshal Chaudhry said Pakistan Air Force had continued to acquire new assets and upgrade its air defense capabilities while making a transition from fighting a predominantly defensive war to adapting to a more aggressive approach for an offensive defense under the nuclear umbrella. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਚੀਨ ਅਤੇ ਪਾਕਿਸਤਾਨ ਦੀ ਹਵਾਈ ਫੌਜ ਦੀ ਜਿਹੜੀ ਸਮਰੱਥਾ ਵਿੱਚ ਢੇਰ ਸਾਰਾ ਵਾਧਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਜਦੋਂ ਕਿ ਭਾਰਤ ਹੀ ਨਹੀਂ ਦੁਨੀਆ ਭਰ ਦੇ ਵਿੱਚ ਬਿਪਨ ਰਾਵਤ ਦਾ ਮਾਰੇ ਜਾਣਾ ਉਸ ਚੌਪਰ ਹਾਦਸੇ ਵਿੱਚ ਉਸ ਦੀ ਚਰਚਾ ਅਤੇ ਇਹ ਖਬਰ ਤਾਂ ਕਿਤੇ ਰੁਲਰਾਲੀ ਗਈ ਹੈ, ਲੇਕਿਨ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿੱਥੇ ਇੱਕ ਪਾਸੇ ਜਿਹਨੂੰ ਇਨਫੈਂਟਰੀ ਕਹਿੰਦੇ ਨੇ ਜਾਂ ਇਸ ਇਹ ਥਲ ਸੈਨਾ ਕਹਿੰਦੇ ਨੇ ਹਿੰਦੀ ਜਾਂ ਪੰਜਾਬੀ ਦੇ ਵਿੱਚ ਲਫਜ਼, ਉਹਨੂੰ ਬਹੁਤ ਸਟਰੈਂਥਨ ਕੀਤਾ ਗਿਆ। ਉਸਦਾ ਸਾਰਾ ਕ੍ਰੈਡਿਟ ਵੀ ਬਿਪਨ ਰਾਵਤ ਜਾਂ ਨਰਵਾਣੇ ਆਪਣੇ ਖਾਤੇ 'ਚ ਪਾਉਂਦੇ ਰਹੇ। ਦੂਸਰੇ ਪਾਸੇ ਇੰਡੀਅਨ ਏਅਰਫੋਰਸ ਨੂੰ ਇਹ ਲੱਗਦਾ ਰਿਹਾ ਵੀ ਭਾਵੇਂ ਲਿਆ ਕੇ ਅਸੀਂ ਜਿਹੜਾ ਉਹ ਸਾਡੇ 'ਚ ਹੋਇਆ ਕਿ ਜੀ ਰਾਫੇਲ ਆ ਗਏ ਔਰ ਦੂਸਰੇ ਆ ਗਏ, ਪਰ ਐਡਮਿਨਿਸਟ੍ਰੇਟਿਵ ਵੀ ਔਰ ਡਿਸੀਜਨ ਮੇਕਿੰਗ ਮੈਟਰਸ ਦੇ ਵਿੱਚ ਵੀ ਜਿਹੜੀ ਫੌਜ ਹੈ ਬਿਪਨ ਰਾਵਤ ਦਾ ਅਹੁਦਾ ਇਸਟੈਬਲਿਸ਼ ਹੋਣ ਤੋਂ ਬਾਅਦ ਉਹ ਹੋਰ ਵੀ ਅੱਗੇ ਲੀਡ ਹੈ। ਵੈਸੇ ਤਾਂ ਉਹਨਾਂ ਤਿੰਨਾਂ ਵਿੰਗਾਂ 'ਚ ਪਹਿਲਾਂ ਵੀ ਇਨਫੈਂਟਰੀ ਦਾ ਥੋੜ੍ਹਾ ਜਿਹਾ ਕੱਦ ਉੱਚਾ ਹੁੰਦਾ ਕਿਉਂਕਿ ਡਿਸੀਜਨ ਮੇਕਿੰਗ ਉੱਥੇ ਜ਼ਿਆਦਾ ਲਾਈ ਕਰਦੀ ਹੈ, ਲੇਕਿਨ ਕਿਉਂਕਿ 65-71 ਔਰ 98-99 ਪੀਰੀਅਡ ਦੇ ਵਿੱਚ ਏਅਰਫੋਰਸ ਨੇ ਵੀ ਆਪਣੀ ਥਾਂ ਬਣਾਈ। ਸੋ ਸਮਝਦੇ ਸੀ ਵੀ ਜੇ ਅਸੀਂ 100-100 ਨਹੀਂ ਘੱਟੋ ਘੱਟ 90-100 ਦਾ ਹੱਕ ਤਾਂ ਵਿੱਚ ਰੱਖਦੇ ਹਾਂ, ਜੇ 100 ਹੈ ਫੌਜ ਤਾਂ ਅਸੀਂ 90 ਹੈ। ਲੇਕਿਨ ਜਿਵੇਂ ਬਿਪਨ ਰਾਵਤ ਨੇ ਉਹਨਾਂ ਨੂੰ ਬਿਲਕੁਲ ਜੂਨੀਅਰ ਬਣਾ ਕੇ ਔਰ ਜਿਹੜਾ ਲੇਟੈਸਟ ਬਿਆਨ ਜਿਹਦੇ 'ਤੇ ਏਅਰਫੋਰਸ ਔਰ ਇਹਨਾਂ ਦੇ ਵਿੱਚ ਟਕਰਾਅ ਵੀ ਹੋਇਆ ਪਬਲਿਕਲੀ, ਪਹਿਲੀ ਵਾਰ ਸੀ 74 ਸਾਲ ਦੇ ਭਾਰਤ ਦੇ ਵਿੱਚ ਕਿ ਜਿੱਥੇ ਦੋ ਅੱਡ ਅੱਡ ਜਿਹੜੇ ਉਹਨਾਂ ਦੇ ਅੰਗ ਨੇ ਫੌਜਾਂ ਦੇ ਉਹ ਆਪਸ 'ਚ ਭਿੜ ਰਹੇ ਨੇ, ਬਿਆਨਬਾਜ਼ੀ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ। ਔਰ ਚੀਨ ਦੇ ਨਾਲ ਕਿਵੇਂ, ਕਿਉਂਕਿ ਚਾਈਨਾ ਦੇ ਵਿੱਚ ਜਿਹੜੀ ਟੱਕਰ ਗਲਵਾਨ ਵੈਲੀ 'ਚ ਹੁੰਦੀ ਹੈ ਜਾਂ ਉਸ ਤੋਂ ਬਾਅਦ ਹੁੰਦਾ, ਉਹਦੇ 'ਚ ਤਾਂ ਏਅਰਫੋਰਸ ਇਨਵੋਲਵ ਨਹੀਂ ਸੀ ਇੰਡੀਆ ਦੀ, ਉਹਦੇ 'ਚ ਕੁੱਟ ਫੌਜ ਨੇ ਖਾਧੀ, ਫੌਜ ਦੀ ਫੇਲਿਓਰ ਨੇ ਹੋਈ ਇਸ ਲੈਵਲ 'ਤੇ, ਪਰ ਉਹਨੂੰ ਕਵਰ ਅਪ ਕੀਤਾ। ਮੋਦੀ ਨੇ ਮੰਨਿਆ ਹੀ ਨਹੀਂ ਕਿ ਬਈ ਕੋਈ ਆਇਆ ਕੋਈ ਗਿਆ, ਕੋਈ ਚਰਚਾ ਨਹੀਂ। ਈਵਨ ਜਦੋਂ ਇਹਨਾਂ ਦੀਆਂ ਅਮਰੀਕਾ ਦੇ ਨਾਲ ਵੀ 1-to-1 ਮੀਟਿੰਗਸ ਹੁੰਦੀਆਂ ਨੇ, ਕਿਸੇ ਨੇ ਜ਼ਿਕਰ ਨਹੀਂ ਕੀਤਾ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਪਿਛਲੇ ਕੱਲ੍ਹ ਹੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਨੇ ਕਿਹਾ ਕਾਂਗਰਸ ਟੂ ਸੀਕ ਡਿਸਕਸ਼ਨ ਇਨ ਪਾਰਲੀਮੈਂਟ ਔਨ ਬਾਰਡਰ ਸਿਚੁਏਸ਼ਨ, ਸੋਨੀਆ ਗਾਂਧੀ ਸੇ CPP ਮੀਟ। ਉਹਨਾਂ ਨੇ ਕਿਹਾ ਜੀ ਪਾਰਲੀਮੈਂਟ 'ਚ ਡਿਸਕਸ਼ਨ ਕਰੋ ਬਾਰਡਰ ਸਿਚੁਏਸ਼ਨ ਦੇ ਉੱਤੇ। ਈਵਨ ਸੁਬਰਾਮਨੀਅਮ ਸਵਾਮੀ ਨੇ ਜਦੋਂ ਇਹ ਪੁੱਛਿਆ ਕਿ ਜੀ ਦੱਸੋ ਕਿੰਨਾ ਇਲਾਕਾ ਚੀਨ ਨੇ ਸਾਡਾ ਲਿਆ ਹੈ, ਅਤੇ ਉਹ ਜਿਹੜਾ ਉਹਨਾਂ ਦਾ ਕਿਉਂਕਿ ਅਪਰ ਹਾਊਸ ਦਾ ਮੈਂਬਰ ਹੈ ਰਾਜ ਸਭਾ ਦਾ, ਉਹਨਾਂ ਨੇ ਜਵਾਬ ਦਿੱਤਾ ਨਹੀਂ 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 ਇਹ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਹੈ, ਇਹ ਸਵਾਲ ਨਹੀਂ ਪੁੱਛਿਆ ਜਾ ਸਕਦਾ। ਹੁਣ ਇੱਕ ਪਾਸੇ ਤਾਂ ਇਹ ਸੁਪਰੈਸ ਕਰਨ ਦੀ ਲਾਈਨ ਚੱਲ ਰਹੀ ਹੈ, ਔਰ ਕਿਉਂਕਿ ਫੌਜ ਦੀ ਜਿਹਨੇ ਡੋਮੀਨੇਟ ਕੀਤਾ ਹੈ ਸਾਰੇ ਪਾਸੇ, ਬਿਪਨ ਰਾਵਤ ਨਰਵਾਣੇ ਔਰ ਅਜੀਤ ਡੋਵਲ ਦੇ ਥੱਲੇ ਏਅਰਫੋਰਸ 'ਚ ਬੜੀ ਜ਼ਬਰਦਸਤ ਰਿਜੈਂਟਮੈਂਟ ਹੈ, ਪਰ ਉਹ ਇਹ ਵੀ ਦੱਸਣਾ ਚਾਹੁੰਦੇ ਨੇ ਏਅਰਫੋਰਸ ਕਿ ਵੀ ਤੁਹਾਡੇ ਤਾਂ ਜੁੱਤੀਆਂ ਤੁਹਾਨੂੰ ਪਈਆਂ ਹੀ ਨੇ, ਔਰ ਏਅਰਫੋਰਸ ਦਾ ਆਪਣਾ ਜਲੂਸ ਅਭਿਨੰਦਨ ਨੇ ਕਢਵਾਇਆ ਜਾ ਕੇ ਜਦੋਂ ਕਿ ਕਿਵੇਂ, ਔਰ ਉਹਨੂੰ ਕਵਰ ਅਪ ਕਰਨ ਲਈ ਉਹਨੂੰ ਅਭਿਨੰਦਨ ਨੂੰ ਵੀਰ ਚੱਕਰ ਦੇ ਦਿੱਤਾ ਵੀ ਕਿਹੜੀ ਬਹਾਦਰੀ ਕੀਤੀ ਹੈ। ਲੇਕਿਨ ਸੱਚ ਕਿਤੇ ਨਾ ਕਿਤੇ ਪਰਦੇ ਫਾੜ ਕੇ ਬਾਹਰ ਆ ਜਾਂਦਾ। ਹੁਣ ਏਅਰ ਚੀਫ ਮਾਰਸ਼ਲ ਹੈ ਭਾਰਤ ਦਾ ਵਿਵੇਕ ਰਾਮ ਚੌਧਰੀ, ਉਹਦੀ ਸਟੇਟਮੈਂਟ ਜਿਹਨੂੰ ਮੀਡੀਆ ਨੇ ਆਪਣੀ ਮੇਨ ਸੁਰਖੀ ਬਣਾਇਆ, ਚਾਈਨਾਜ਼ ਅਗਰੈਸਿਵ ਇੰਟੈਂਟ
visible in rapid enhancement of operational infrastructure, Indian Air Force Chief says China's hegemonic and sometimes entrapping policies can provide opportunities for India to leverage areas of both trade and defense in the Indo-Pacific region. ਹੁਣ ਦਿਲਚਸਪ ਗੱਲ ਇਹ ਹੈ ਕਿ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਮੋਦੀ ਹੋਏ ਰਾਜਨਾਥ ਹੋਏ ਅਮਿਤ ਸ਼ਾਹ ਹੋਏ ਉਹ ਤਾਂ ਚੀਨ ਦੇ ਖਿਲਾਫ ਜਾਂ ਕੋਈ ਗੱਲ ਹੀ ਨਹੀਂ ਕਰ ਰਹੇ ਉਹ ਤਾਂ ਫੌਜ ਬਣੀ ਹੋਈ ਹੈ ਫੌਜੀਆਂ ਹਨ ਫੌਜ ਤੋਂ ਐਕਸਪੈਕਟ ਨਹੀਂ ਅਤੇ ਜਿਹੜੇ ਫੌਜੀ ਚੀਫ ਨੇ ਉਹ ਭਾਵੇਂ ਬਿਪਨ ਰਾਵਤ ਹੈ ਜਾਂ ਏਅਰਫੋਰਸ ਵਾਲਾ ਜਾਂ ਉਹ ਪੋਲੀਟੀਕਲ ਸਟੇਟਮੈਂਟਾਂ ਦੇ ਰਹੇ ਨੇ ਚੀਨ ਦੀ ਹੈਜੇਮਨੀ ਚੀਨ ਦਾ ਗਲਬਾ ਪਰ ਮੈਨੂੰ ਜਿਹੜੇ ਕਰਕੇ ਮੈਂ ਇਸ ਨੂੰ ਡਿਸਕਸ਼ਨ ਲਈ ਕੱਢਿਆ ਏਅਰ ਚੀਫ ਮਾਰਸ਼ਲ ਚੌਧਰੀ ਸੈਡ ਪਾਕਿਸਤਾਨ ਏਅਰਫੋਰਸ ਹੈਡ ਕੰਟੀਨਿਊ ਟੂ ਐਕੁਆਇਰ ਨਿਊ ਅਸੈਟਸ ਐਂਡ ਅਪਗ੍ਰੇਡ ਇਟਸ ਏਅਰ ਡਿਫੈਂਸ ਕੈਪਾਬਿਲਿਟੀਜ਼ ਵਾਇਲ ਮੇਕਿੰਗ ਏ ਟ੍ਰਾਂਜੀਸ਼ਨ ਫਰੋਮ ਫਾਈਟਿੰਗ ਏ ਪ੍ਰੀਡੋਮੀਨੈਂਟਲੀ ਡਿਫੈਂਸਿਵ ਵਾਰ ਟੂ ਅਡਾਪਟਿੰਗ ਟੂ ਏ ਮੋਰ ਐਗਰੈਸਿਵ ਅਪਰੋਚ ਫਾਰ ਐਨ ਓਫੈਂਸਿਵ ਡਿਫੈਂਸ ਅੰਡਰ ਦਾ ਨਿਊਕਲੀਅਰ ਅੰਬਰੈਲਾ ਹੁਣ ਇਹ ਇੱਕ ਦੁਸ਼ਮਣ ਦੇਸ਼ ਦੇ ਫੌਜੀ ਮੁਖੀ ਦੀ ਟ੍ਰਿਬਿਊਟ ਹੈ ਪੋਜ਼ਿਟਿਵ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਏਅਰਫੋਰਸ ਨੇ ਉਹਨਾਂ ਦੇ ਕੋਲ ਨਵੇਂ ਅਸੈਟ ਆਏ ਨੇ ਉਹਨਾਂ ਨੇ ਆਪਣੀ ਏਅਰ ਡਿਫੈਂਸ ਕੈਪੇਬਿਲਿਟੀਜ਼ ਅਪਗ੍ਰੇਡ ਕੀਤੀਆਂ ਔਰ ਹੁਣ ਉਹ ਸਿਰਫ ਇੱਕ ਡਿਫੈਂਸਿਵ ਵਾਰ ਵਾਲੀ ਸਟ੍ਰੈਟਜੀ ਵਾਲੀ ਫੌਜ ਨਹੀਂ ਹੈ ਉਹਨਾਂ ਨੇ ਐਗਰੈਸਿਵ ਅਪਰੋਚ ਲਈ ਹੈ ਔਰ ਕਿਉਂਕਿ ਉਹਨਾਂ ਦੇ ਕੋਲ ਨਿਊਕਲੀਅਰ ਅੰਬਰੈਲਾ ਹੈ ਨਿਊਕਲੀਅਰ ਅੰਬਰੈਲਾ ਦੇ ਥੱਲੇ ਉਹਨਾਂ ਦੀ ਐਗਰੈਸਿਵ ਫਿਰ ਉਹਨੇ ਹੁਣ ਜਿਹੜਾ ਚਾਈਨਾ ਔਰ ਪਾਕਿਸਤਾਨ ਦਾ ਟੁਗੈਦਰ ਜਿਹਨੂੰ ਇਹ ਖੁਦ ਹੀ ਕਈ ਵਾਰੀ ਟੂ ਪ੍ਰੋਂਗ ਵਾਰ ਕਹਿੰਦੇ ਸੀ ਟੂ ਫਰੰਟ ਵਾਰ ਉਹ ਤਾਂ ਇਹਨਾਂ ਦੇ ਪੱਲੇ ਨਹੀਂ ਉਹ ਤਾਂ ਇੱਕੋ ਹੀ ਪਾਕਿਸਤਾਨ ਨਹੀਂ ਦੱਸਦਾ ਏਅਰਫੋਰਸ ਨੇ ਮਿੰਟ ਡੇਢ ਮਿੰਟ ਦੀ ਡੋਗ ਫਾਈਟਸ ਵੀ ਇਹਨਾਂ ਦੀ ਏਅਰਫੋਰਸ ਕਿੱਥੇ ਲਾਈ ਕਰਦੀ ਹੈ ਪਰ ਉਹ ਇਹ ਕਹਿ ਰਿਹਾ ਹੀ ਸੈਡ ਬੋਥ ਚਾਈਨੀਜ਼ ਐਂਡ ਪਾਕਿਸਤਾਨੀ ਏਅਰਫੋਰਸਿਸ ਸਿਗਨੀਫਿਕੈਂਟਲੀ ਐਨਹਾਂਸਡ ਮਿਲਟਰੀ ਕੈਪਾਬਿਲਿਟੀ ਇਨ ਟਰਮਸ ਆਫ ਇਕਵਿਪਮੈਂਟ ਐਂਡ ਇਨਫਰਾਸਟਰਕਚਰ ਕਿ ਦੋਨਾਂ ਦੀ ਹੀ ਇਕਵਿਪਮੈਂਟ 'ਚ ਵੀ ਔਰ ਇਨਫਰਾਸਟਰਕਚਰ 'ਚ ਵੀ ਔਰ ਉਹਨਾਂ ਦੀ ਜਿਹੜੀ ਟੁਗੈਦਰਨੈਸ ਹੈ ਉਹ ਜਿਹੜੀ ਹੈ ਬਹੁਤ ਐਨਹਾਂਸ ਹੋਈ ਸਿਗਨੀਫਿਕੈਂਟਲੀ ਕਿ ਬਹੁਤ ਅਹਿਮੀਅਤ ਦੇ ਨਾਲ ਜਿਹੜਾ ਉਹਦੇ 'ਚੋਂ ਵਾਧਾ ਹੋਇਆ ਅਤੇ ਹੁਣ ਜੇ ਸਭ ਗਰਾਊਂਡ ਦਾ ਹਾਲਤ ਇਹ ਹੈ ਏਅਰਫੋਰਸ ਚੀਫ ਇਹ ਕਹਿ ਰਿਹਾ ਅਤੇ ਇਹਨਾਂ ਦਾ ਐਨ ਡੀ ਐਸ ਬਿਪਨ ਰਾਵਤ ਉਹ ਇੱਕ ਉਸ ਹਾਦਸੇ 'ਚ ਜਿਹੜਾ ਹਾਦਸਾ ਜਿਹੜਾ ਕਿਸ ਕਿਸਮ ਦਾ ਹੈ ਕਿ ਜਿੱਥੇ ਈਵਨ ਰੈਸਕਿਊ ਆਪਰੇਸ਼ਨ ਵੀ ਜਿਹੜੇ ਘੰਟਿਆਂ ਬਾਅਦ ਪਹੁੰਚਦੇ ਨੇ ਔਰ ਕਿਸੇ ਨੂੰ ਫੌਜ ਜਾਂ ਉਹਨਾਂ ਦੇ ਪਿਛਲੇ ਹੈੱਡਕੁਆਰਟਰ ਨੂੰ ਪਤਾ ਵੀ ਨਹੀਂ ਹੈ ਵੀ ਕੀ ਹੋ ਰਿਹਾ ਸਿਵਿਲੀਅਨ ਆ ਕੇ ਬਾਲਟੀਆਂ ਨਾਲ ਪਾਣੀ ਪਾ ਰਹੇ ਨੇ ਇਹੋ ਜਿਹਾ ਹੀ ਕੰਮ ਇਹਨਾਂ ਦਾ ਜੇ ਇਹਨਾਂ ਨੇ ਪੰਗਾ ਲਿਆ ਪਾਕਿਸਤਾਨ ਨਾਲ ਚੀਨ ਨਾਲ ਤਾਂ ਕੀ ਲੈਣਗੇ ਅਤੇ ਫਿਰ ਉਹ ਅਗੇਨ ਜੁੱਤੀਆਂ ਖਾਣਗੇ ਇਹ ਅਭਿਨੰਦਨ ਤੋਂ ਵੈਸੇ ਚੰਗੀ ਤਰ੍ਹਾਂ ਪੁੱਛ ਸਕਦੇ ਬਿਲਕੁਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀ ਲੈਣੇ ਬ੍ਰੇਕ ਪਿਓਰਸ ਆ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਬਾਅਦ